ਗੋਬਿੰਦਗੜ੍ਹ ਲਾਇਨਸ ਕਲੱਬ ਦੇ ਵੱਲੋਂ ਰਾਮ ਭਵਨ ਵਿੱਚ 328 ਲੋਕਾਂ ਦਾ ਅੱਖਾਂ ਦਾ ਫ੍ਰੀ ਚੈੱਕਅਪ ਕਰਵਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਆਏ ਲਾਇਨ ਸ਼੍ਰੀ ਰਾਜ ਗੋਇਲ, ਪਵਨ ਗੋਇਲ, ਵਿਨੋਦ ਗੋਇਲ, ਰਮੇਸ਼ ਗੋਇਲ ਦੇ ਵੱਲੋਂ ਇਸ ਕੈਂਪ ਦਾ ਸ਼ੁਭਾਰੰਭ ਕੀਤਾ ਗਿਆ, ਜਦਕਿ ਕਲੱਬ ਅਧਿਕਸ਼ ਨਰੇਸ਼ ਜੈਨ ਨੇ ਕੈਂਪ ਦੀ ਅਗਵਾਈ ਕੀਤੀ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਲਾਇਨ ਰਾਕੇਸ਼ ਸਿੰਗਲਾ ਨੇ ਕੈਂਪ ਵਿੱਚ ਆਏ ਸਾਰੇ ਲੋਕਾਂ ਦਾ ਸਵਾਗਤ ਕੀਤਾ। ਇਸ ਕੈਂਪ ਵਿੱਚ ਡਾਕਟਰ ਸੁਮੇਧਾ ਅਤੇ ਉਸਦੀ ਟੀਮ ਵੱਲੋਂ 328 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 52 ਮਰੀਜ਼ਾਂ ਨੂੰ ਆਪਰੇਸ਼ਨ ਦੇ ਲਈ ਚੁਣਿਆ ਗਿਆ, ਜਿਨ੍ਹਾਂ ਨੂੰ ਕਲੱਬ ਦੇ ਵੱਲੋਂ ਸ਼ੰਕਰਾ ਹਸਪਤਾਲ ਲੁਧਿਆਣਾ ਭੇਜਿਆ ਗਿਆ। ਉੱਥੇ ਹੀ ਲਾਇਨ ਕਲੱਬ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਕਲੱਬ ਮੰਡੀ ਗੋਬਿੰਦਗੜ੍ਹ 32 ਹੈ, ਡਿਸਟ੍ਰਿਕਟ 321F ਕਾ ਇੱਕ ਬਹੁਤ ਹੀ ਮਹੱਤਵਪੂਰਨ ਕਲੱਬ ਹੈ, ਜੋ ਕਿ ਪਿਛਲੇ 43 ਵਰਸ਼ੋਂ ਸੇ ਸਮਾਜ ਕੀ ਸੇਵਾ ਮੇਂ ਲਗਾ ਹੁਆ ਹੈ। ਇਹ ਆਈ ਓਪਰੇਸ਼ਨ ਕੈਂਪ ਹਮ ਪਿਛਲੇ 35 ਵਰਸ਼ੋਂ ਸੇ ਸਮਾਜ ਕੀ ਸੇਵਾ ਕੇ ਲੀਏ ਲਗਾਤੇ ਆ ਰਹੇ ਹੈ। ਇਹ ਮੈਂ ਆਪਣੇ ਪਿਤਾ ਜੀ ਸ਼੍ਰੀ ਗਜਾਨੰਦ ਜੀ ਗੋਇਲ ਕੀ ਯਾਦ ਮੇਂ ਹਰ ਵਰਸ਼ ਲਗਾਤੇ ਹੈ। ਇਸਮੇਂ ਹਰ ਕੈਂਪ ਮੇਂ 250 ਸੇ 300 ਮਰੀਜ਼ ਆਤੇ ਹੈ, ਉਨਕੀ ਚੈਕਿੰਗ ਹੋਤੀ ਹੈ, ਔਰ 50, 60, 70 ਜਿਤਨੇ ਵੀ ਓਪਰੇਸ਼ਨ ਕੇ ਲਾਇਕ ਹੋਤੇ ਹੈ, ਉਨ੍ਹੇ ਸ਼ੰਕਰਾ ਹੋਸਪਿਟਲ ਲੁਧਿਆਣਾ ਕੀ ਟੀਮ ਦੁਆਰਾ ਉਨਕੇ ਓਪਰੇਸ਼ਨ ਕੀਏ ਜਾਤੇ ਹੈ। ਉਨਕੀ ਦਵਾਈਓ ਕਾ, ਉਨਕੀ ਐਨਕਸ ਕਾ, ਉਨਕੀ ਰਹਿਣੇ ਕਾ, ਖਾਣੇ ਕਾ ਇੰਤਜ਼ਾਮ ਸਭ ਕਲੱਬ ਦੁਆਰਾ ਕੀਆ ਜਾਤਾ ਹੈ। ਇਸਕਾ ਸ਼੍ਰੇਯ ਹਮਾਰੀ ਪ੍ਰਧਾਨ ਨਰੇਸ਼ ਜੈਨ ਜੀ ਔਰ ਉਨਕੀ ਟੀਮ, ਜੋ ਕਿ ਇਤਨੀ ਹਾਰਡ ਵਰਕਿੰਗ ਹੈ, ਇਤਨਾ ਮਿਹਨਤ ਕਰ ਰਹੀ ਹੈ ਕਿ ਪਿਛਲੇ ਕਈ ਵਰਸ਼ੋਂ ਸੇ ਮੈਂ ਦੇਖਦਾ ਹਾਂ ਕਿ ਇਨਮੇ ਬਹੁਤ ਹੀ ਜਜ਼ਬਾਤ ਹੈ, ਸੇਵਾ ਕਾ ਭਾਵ ਹੈ। ਮੇਰਾ ਨਾਮ ਲਾਇਨ ਗੋਪਾਲ ਕ੍ਰਿਸ਼ਨ ਸ਼ਰਮਾ ਹੈ। ਮੈਂ ਲਾਇਨਸ ਕਲੱਬ ਮੰਡੀ ਗੋਬਿੰਦਗੜ੍ਹ ਮੇਂ ਮੰਡੀ ਗੋਬਿੰਦਗੜ੍ਹ ਕੇ ਇੱਕ ਬਹੁਤ ਹੀ ਨਾਮੀ ਗ੍ਰਾਮੀ ਸਮਾਜ ਸੇਵੀ ਸਵਰਗੀਯ ਸੇਠ ਗਜਾਨੰਦ ਜੀ ਗੋਇਲ ਕੀ ਯਾਦ ਮੇਂ ਆਈ ਕੈਂਪ ਲਗਾ ਰਹੇ ਹੈ, ਜੋ ਕਿ ਪਿਛਲੇ 35 ਸਾਲ ਸੇ ਗੋਇਲ ਪਰਿਵਾਰ ਇਸਕੋ ਲਗਾ ਰਹਾ ਹੈ। ਲਾਇਨ ਰਾਜ ਗੋਇਲ ਜੀ ਹਮਾਰੇ ਕਲੱਬ ਕੇ ਚਾਰਟਰ ਮੈਂਬਰ ਵੀ ਹੈ, ਔਰ ਲਾਇਨ ਰਾਜ ਗੋਇਲ ਜੀ ਕੇ ਸਾਥ ਇਨਕੇ ਭਾਈ ਪਵਨ ਗੋਇਲ ਜੀ, ਵਿਨੋਦ ਗੋਇਲ ਜੀ ਔਰ ਰਮੇਸ਼ ਗੋਇਲ ਜੀ ਇਹ ਮਿਲ ਕੇ ਹਰ ਸਾਲ ਇਸ ਕਲੱਬ ਕਾ ਆਯੋਜਨ ਕਰਤੇ ਹੈ। ਆਜ ਹਮਨੇ 358 ਪੇਸ਼ੈਂਟਸ ਕੋ ਚੈੱਕ ਕੀਆ, ਔਰ ਉਸਮੇ ਸੇ ਲਗਭਗ 52 ਪੇਸ਼ੈਂਟ ਜੋ ਹੈ ਉਨਕਾ ਮੋਤੀਆ ਬਿੰਦ ਉਤਰਾ ਹੁਆ ਹੈ ਔਰ ਉਨਕਾ ਓਪਰੇਸ਼ਨ ਕੀਆ ਜਾਏਗਾ। ਇਹ ਸਾਰੇ ਕਾ ਸਾਰਾ ਸਬਕੇ ਲੀਏ ਉਨਕੇ ਲੀਏ ਨਿਸ਼ੁਲਕ ਰਹੇਗਾ, ਔਰ ਇਹ ਹਮਾਰੀ ਕੋਸ਼ਿਸ਼ ਰਹੇਗੀ ਕਿ ਹਮ ਬਾਰ ਬਾਰ ਇਸ ਤਰ੍ਹਾਂ ਕੇ ਕਾਰਯਕ੍ਰਮ ਕੋ ਆਯੋਜਿਤ ਕਰੇ, ਔਰ ਮਾਨਵਤਾ ਕੀ ਸੇਵਾ ਮੇਂ ਸਦੈਵ ਹਮਾਰਾ ਕਲੱਬ ਤਤਪਰਯ ਰਹਿਤਾ ਹੈ, ਸਦੈਵ ਹਮਾਰੇ ਸਦੱਸਯ ਪ੍ਰਯਾਸ ਮੇਂ ਰਹਿਤੇ ਹੈ ਕਿ ਹਮ ਕੈਸੇ ਮਾਨਵਤਾ ਕੀ ਸੇਵਾ ਕਰੇ, ਉਸ ਲਕਸ਼ਯ ਕੀ ਹੋਰ ਹਮ ਸਦੈਵ ਆਗੇ ਬਢਨੇ ਕੀ ਕੋਸ਼ਿਸ਼ ਕਰੇਂਗੇ। ਮੈਂ ਆਪਣੇ ਪ੍ਰਧਾਨ ਜੀ ਲਾਇਨ ਨਰੇਸ਼ ਜੈਨ ਔਰ ਰਾਜ ਕੇ ਪ੍ਰੋਜੈਕਟ ਚੇਅਰਮੈਨ ਲਾਇਨ ਰਾਕੇਸ਼ ਸਿੰਗਲਾ ਜੀ ਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ, ਜਿਨ੍ਹੋਂਨੇ ਕਿ ਦਿਨ ਰਾਤ ਮਿਹਨਤ ਕੀ ਔਰ ਇਸ ਪ੍ਰੋਜੈਕਟ ਕੋ ਕਾਮਯਾਬ ਕੀਆ। ਸਾਥ ਹੀ ਮੈਂ ਧੰਨਵਾਦ ਕਰਤਾ ਹੂੰ ਸਭੀ ਲਾਇਨ ਸਦੱਸਿਓਂ ਕਾ, ਜੋ ਕਿ ਸੁਬਹ ਸੇ ਆਜ ਯਹਾਂ ਪੇ ਮਾਨਵਤਾ ਕੀ ਸੇ। ਮੈਂ MGF ਲਾਇਨ ਸੁਰੇਸ਼ ਗੁਪਤਾ ਲਾਇਨ ਕਲੱਬ ਮੰਡੀ ਗੋਬਿੰਦਗੜ੍ਹ ਕਾ ਸਦੱਸਯ ਹੂੰ, ਔਰ ਪਿਛਲੇ 25 ਵਰਸੋਂ ਸੇ ਇਹ ਸਦੱਸਯਤਾ ਹੈ ਮੇਰੇ ਪਾਸ। ਹਮਾਰਾ ਲਾਇਨ ਕਲੱਬ ਇੰਟਰਨੈਸ਼ਨਲ, ਜੋ ਕਿ ਦੇਸ਼ ਕੇ 210 ਦੇਸ਼ੋਂ ਮੇਂ ਸਮਾਜ ਸੇਵਾ ਕਾ ਕਾਰਯ ਕਰ ਰਹਾ ਹੈ। ਹਮਾਰੇ 14,700 ਕਲੱਬਸ ਹੈ ਔਰ 14 ਲੱਖ ਦੇ ਉੱਪਰ ਹਮਾਰੇ ਸਦੱਸਯ ਹੈ। ਹਰ ਪਲ ਹਰ ਕਸ਼ਣ ਦੁਨੀਆ ਮੇਂ ਲਾਇਨਸ ਕੇ ਦੁਆਰਾ ਸੇਵਾ ਦੀ ਜਾ ਰਹੀ ਹੈ। ਉਸਕਾ ਇੱਕ ਹਿੱਸਾ ਲਾਇਨਸ ਕਲੱਬ ਮੰਡੀ ਗੋਬਿੰਦਗੜ੍ਹ ਹੈ, ਜੋ ਕਿ ਪਿਛਲੇ 43 ਸਾਲੋਂ ਸੇ ਇਸ ਏਰੀਆ ਮੇਂ ਸਮਾਜ ਕੀ ਸੇਵਾ ਕਰ ਰਹਾ ਹੈ। ਜੈਸੇ ਕਿ ਆਜ ਕਾ ਹਮਾਰਾ ਕੈਂਪ ਲਾਇਨਸ ਦੁਆਰਾ ਆਯੋਜਿਤ ਕੀਆ ਗਿਆ ਆਈ ਓਪਰੇਸ਼ਨ ਕੈਂਪ, ਕਿ ਹਰ ਵਰਸ਼ ਹਮ ਲਗਾਤੇ ਹੈ। ਇਸਮੇ ਹਮ ਉਨਕੀ ਆਂਖੋਂ ਕੀ ਜੋਤੀ ਜਾ ਚੁੱਕੀ ਹੈ, ਉਨਕੋ ਹਮ ਜੋਤੀ ਦੇਣੇ ਕੀ ਯੋਜਨਾ ਬਣਾਈ ਹੋਈ ਹੈ। ਇਸ ਕੈਂਪ ਮੇਂ ਹਮਨੇ ਲਗਭਗ 57 ਲੋਕੋ ਕਾ ਓਪਰੇਸ਼ਨ ਹੋਗਾ, ਔਰ ਹਮਨੇ ਦੂਸਰਾ ਇੱਕ ਔਰ ਕੈਂਪ ਹੈ, ਔਰ ਹਮਾਰਾ ਪ੍ਰੋਜੈਕਟ ਹੈ ਆਈ ਡੋਨੇਸ਼ਨ ਕੈਂਪ, ਆਈ ਡੋਨੇਸ਼ਨ ਪ੍ਰੋਜੈਕਟ। ਹਮ ਬਲਕੇ ਜੋ ਵੀ ਜਿਸਕੀ ਵੀ ਜਿਸ ਕਿਸੀ ਕੀ ਵੀ ਮ੍ਰਿਤਯੂ ਹੋਤੀ ਹੈ, ਅਗਰ ਵੋ ਮੈਂ ਜਾਣਨਾ ਮੈਂ ਡਾਕਟਰ ਸੁਮੇਧਾ ਸ਼ਰਮਾ ਹੂੰ, ਸੰਤਰਾਏ ਹੋਸਪਿਟਲ ਸੇ ਆਈ ਹੂੰ ਲੁਧਿਆਣਾ ਸੇ।
हम लोग यहाँ पे कैंप कंडक्ट किया जिसमें ज़्यादातर हम लोग जो चिटा होते हैं उसके पेशेंट्स लेके जा रहे हैं। इसके अलावा जो पर्दे के जिसके पर्दे में कोई प्रॉब्लम है या फिर कालम हो गया है वो पेशेंट्स भी जो भी हम लोग लेके यहाँ से जाते हैं। जो हर 50 साल के बाद हर साल एक बार ही मतलब एक बार आपको हॉस्पिटल में चेकअप कराना चाहिए। अगर आपको मोतिया है तो अगर मोतिया है और अगर डॉक्टर बोलता है कि आपको ऑपरेशन करा लेना चाहिए तो आपको देर नहीं करनी चाहिए। देर करने से चिट्टा मोतिया जो है काला मोतिया में कन्वर्ट हो सकता है और उसके बाद आपके एक बार उस काला मोतिया से अगर आपकी निगाह चली जाती है तो वापस आने मुश्किल होती है। इसके अलावा अगर आपको शुगर है और शुगर के कारण भी आपकी अगर निगाह डाउन है तो आपको अपना शुगर कंट्रोल करना चाहिए। पर्दे के डॉक्टर को रेगुलरली चेकअप कराना चाहिए, लेज़र उसका ट्रीट। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.